ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਜਲੰਧਰ ਮੇਂ ਵਿਸਾਖੀ ਪਰਵ ਔਰ ਖਾਲਸਾ ਪੰਥ ਕੇ ਸਾਜਨਾ ਦਿਵਸ ਕੇ ਸੰਬੰਧ ਮੇਂ ਕੀਰਤਨ ਦੀਵਾਨ ਸਜਾਏ ਗਏ, ਜਿਸ ਮੇਂ ਬੀਬੀ ਭਾਨੀ ਜੀ ਸੇਵਾ ਸੋਸਾਇਟੀ ਔਰ ਇਸਤਰੀ ਸਤਸੰਗ ਸਭਾ ਕੀ ਔਰ ਸੇ ਗੁਰਬਾਣੀ ਕਾ ਸੰਚਾਰ ਕਰ ਉਪਸਥਿਤ ਸੰਗਤ ਕੋ ਗੁਰੂ ਚਰਨੋਂ ਸੇ ਜੋੜਾ ਗਿਆ। ਇਸ ਮੌਕੇ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਔਰ ਸੇ ਰਾਗੀ ਸਿੰਘੋਂ ਔਰ ਗੁਰੂ ਘਰ ਕੇ ਵਜ਼ੀਰ ਭਾਈ ਪਵਨੀਤ ਸਿੰਘ ਔਰ ਭਾਈ ਗੁਰਪਾਲ ਸਿੰਘ ਸਰੋਪਾ ਸਾਹਿਬ ਦੇ ਕਰ ਸਨਮਾਨਿਤ ਕੀਆ ਗਿਆ। ਇਸ ਮੌਕੇ ਪਰ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ, ਜਨਰਲ ਸਚਿਵ ਮੱਖਣ ਸਿੰਘ, ਸਰਦਾਰਾ ਸਿੰਘ ਮੱਕੜ, ਦੇਦਾਰ ਸਿੰਘ ਵਿਰਦੀ, ਸਤਬੀਰ ਸਿੰਘ, ਬੂਟਾ ਸਿੰਘ ਭਾਟੀਆ, ਮਨਿੰਦਰ ਸਿੰਘ, ਮਨਮੋਹਨ ਸਿੰਘ ਭਾਟੀਆ ਸਹਿਤ ਅਸੰਖਿਆ ਭਗਤ ਮੌਜੂਦ ਰਹੇ। ਅੰਤ ਮੇਂ ਗੁਰੂ ਕਾ ਅਟੂਟ ਲੰਗਰ ਵੀ ਵਿਤਰਿਤ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਜਿਹੜਾ
ਕਾਨੂੰਨ ਜਿਹਨੂੰ ਕਹਿੰਦੇ ਸਿੱਖ ਸਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਵਿਖੇ ਵਿਸਾਖੀ ਦਾ ਅਤੇ ਖਾਲਸਾ ਸਿਰਜਣਾ ਦਿਵਸ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਬੀਬੀ ਇਸਤਰੀ ਸਤਸੰਗ, ਬੀਬੀ ਹਰਜਿੰਦਰ ਕੌਰ ਔਰ ਉਹਨਾਂ ਦੇ ਸੰਗੀਤ ਅਕੈਡਮੀ ਦੇ ਬੱਚੇ, ਉਹਨਾਂ ਨੇ ਆਨੰਦ ਬਾਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਅਤੇ ਹਜੂਰੀ ਲਾਗੀ ਭਾਈ ਸੁਰਿੰਦਰ ਸਿੰਘ ਜੀ, ਉਹਨਾਂ ਨੇ ਵੀ ਆਨੰਦ ਬਾਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਅਤੇ ਭਾਈ ਭਵਨੀਤ ਸਿੰਘ ਔਰ ਭਾਈ ਗੁਰਪਾਲ ਸਿੰਘ ਉਹਨਾਂ ਨੇ ਕਥਾ ਦੁਆਰਾ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਅੱਜ ਦੇ ਇਸ ਸ਼ੁਭ ਅਵਸਰ 'ਤੇ ਅਸੀਂ ਸਾਰੇ ਦੇਸ਼ ਵਿਦੇਸ਼ ਔਰ ਲਾਕਾ ਨਿਵਾਸੀ, ਜਲੰਧਰ ਨਿਵਾਸੀ ਸਾਰਿਆਂ ਨੂੰ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਸ਼ੁਭ ਅਵਸਰ 'ਤੇ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਧੰਨਵਾਦ ਕਰਦੇ ਹਾਂ ਹਲਚਲ ਵਾਲਿਆਂ ਦਾ। ਉਹ ਜਿੰਨੇ ਵੀ ਸਾਡੇ ਧਾਰਮਿਕ ਪ੍ਰੋਗਰਾਮ ਇੱਥੇ ਹੁੰਦੇ ਹਨ ਉਹਨਾਂ ਦੀ ਕਵਰੇਜ ਕਰਕੇ ਇਹ ਦੁਨੀਆ ਤੱਕ ਪਹੁੰਚਾਉਂਦੇ ਹਨ। ਪ੍ਰਬੰਧਕ ਕਮੇਟੀ ਵੱਲੋਂ ਹਲਚਲ ਚੈਨਲ ਵਾਲਿਆਂ ਦਾ ਵੀ ਅਸੀਂ ਬਹੁਤ ਬਹੁਤ